ਕੈਨੇਡਾ ਸਟੱਡੀ ਵੀਜ਼ਾ ਦੇ ਆ ਰਹੇ ਲਗਾਤਾਰ ਰਿਜ਼ਲਟਸ ਦੇ ਵਿੱਚੋਂ ਮੇਰੇ ਨਾਲ ਨੇ ਅੱਜ ਸਤਪਾਲ ਕੌਰ, ਜਿਨ੍ਹਾਂ ਦਾ 10 ਸਾਲ ਦਾ ਗੈਪ ਸੀ। ਸੋ ਆਓ ਜਾਣਦੇ ਹਾਂ ਸਤਪਾਲ ਕੌਰ ਤੋਂ ਕਿਵੇਂ ਇਹਨਾਂ ਦੀ ਫਾਈਲਿੰਗ ਹੋਈ। ਸਤਪਾਲ, ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਇਸ ਵੀਜ਼ੇ ਦੀਆਂ। ਸਤਪਾਲ, ਮੈਂ ਜਾਣਨਾ ਚਾਹੂੰਗਾ ਕੀ ਤੁਹਾਡੀ ਪ੍ਰੋਫਾਈਲ ਸੀਗੀ ਜੀ। ਸਰ, ਮੇਰਾ 10 ਇਅਰਸ ਦਾ ਗੈਪ ਸੀਗਾ। 2013 ਦੇ ਵਿੱਚ ਮੈਂ 12th ਕੀਤੀ ਸੀ। ਓਕੇ ਜੀ। ਉਸ ਤੋਂ ਬਾਅਦ ਮੈਨੂੰ ਲੱਗਿਆ ਨਹੀਂ ਸੀਗਾ ਕਿ ਮੇਰਾ ਕਦੇ ਬਾਹਰਲਾ ਬਣ ਸਕਦਾ। ਸਰ ਦੀ ਅਸੀਂ ਇੰਸਟਾਗ੍ਰਾਮ ਤੇ ਵੀਡੀਓ ਦੇਖਣ ਤੋਂ ਬਾਅਦ ਮੀਟ ਕੀਤਾ ਸੀ ਸਰ ਨੂੰ। ਠੀਕ ਹੈ ਜੀ। ਤੇ ਇੱਥੇ ਆਉਣ ਤੋਂ ਪਹਿਲਾਂ ਤੁਸੀਂ ਕਿਸੇ ਹੋਰ ਏਜੰਟ ਤੋਂ ਵੀ ਸਲਾਹ ਲਈ ਸੀ ਵੀ ਤੁਹਾਡੇ ਗੈਪ ਦੇ ਲਈ ਕੀ ਯੂਜ਼ ਕੀਤਾ ਜਾਊਗਾ ਜੀ? ਹਾਂਜੀ, ਅਸੀਂ ਸਲਾਹ ਲਈ ਸੀ। ਉਹ ਕਹਿੰਦੇ ਸੀਗੇ ਕਿ ਵਿੱਚ ਗੈਪ ਦਾ ਡਾਕੂਮੈਂਟ ਬਣਵਾ ਦੇਣਗੇ। ਠੀਕ ਹੈ ਜੀ। ਤੇ ਜਦੋਂ ਯੂਐਲਓਆਈ ਸਪੀਕਰ ਸਿੰਘ ਨੇ ਤੁਹਾਨੂੰ ਕੀ ਕਿਹਾ ਸੀਗਾ ਜੀ? ਉਹਨਾਂ ਨੇ ਕਿਹਾ ਕਿ ਵਿਦਆਊਟ ਐਨੀ ਡਾਕੂਮੈਂਟ ਮੇਰੀ ਫਾਈਲ ਲੱਗ ਸਕਦੀ ਹੈ। ਗੈਪ ਨੂੰ ਕਿਵੇਂ ਜਸਟੀਫਾਈ ਕੀਤਾ? ਕੁਝ ਜਸਟੀਫਿਕੇਸ਼ਨ ਦਿੱਤੀ ਹੋਊਗੀ? ਐਸਓਪੀ ਦੇ ਵਿੱਚ ਹੀ ਜਸਟੀਫਾਈ ਕੀਤਾ। ਤੇ ਫਾਈਲ ਤੁਹਾਡੇ ਸਾਹਮਣੇ ਬੈਠ ਕੇ ਲੱਗੀ ਸੀ? ਹਾਂਜੀ। ਸਾਰਾ ਕੁਝ ਤੁਹਾਨੂੰ ਦੱਸਿਆ ਗਿਆ ਸੀਗਾ? A to Z ਐਵਰੀਥਿੰਗ ਤੁਹਾਨੂੰ ਸਮਝਾਇਆ ਗਿਆ ਸੀਗਾ? ਠੀਕ ਹੈ ਜੀ। ਤੇ ਕੀ ਕਹਿਣਾ ਚਾਹੋਗੇ ਸਾਡੇ ਉਹਨਾਂ ਦਰਸ਼ਕਾਂ ਨੂੰ ਜਿਨ੍ਹਾਂ ਦਾ ਇੰਨੇ ਸਾਲ ਦਾ ਗੈਪ ਆ, ਬੱਚੇ ਘਰੇ ਬੈਠੇ ਨੇ ਬਟ ਹਜੇ ਵੀ ਨਰਵਸ ਨੇ? ਮੈਂ ਕਹਿਣਾ ਚਾਹੂੰਗੀ ਕਿ ਯੂਐਲਓ ਇੱਕ ਟਰਸਟਡ ਇਮੀਗ੍ਰੇਸ਼ਨ ਹੈ। ਬਿਲਕੁਲ। ਤੇ ਆ ਕੇ ਮਿਲੋ ਇਹਨਾਂ ਨੂੰ। ਠੀਕ ਹੈ ਜੀ। ਮੈਨੂੰ ਤਾਂ ਬਹੁਤ ਪੂਰਾ ਭਰੋਸਾ ਹੈ ਇਹਨਾਂ ਤੇ। ਠੀਕ ਹੈ ਜੀ। ਸੋ ਸ਼ੁਕਰੀਆ ਤੁਹਾਡੇ ਇਸ ਭਰੋਸੇ ਦਾ। ਇਹੀ ਭਰੋਸਾ ਸਾਨੂੰ ਮੋਟੀਵੇਟ ਕਰਦਾ ਕਿ ਅਸੀਂ ਜੈਨੂਅਲੀ ਸੱਚੇ ਸੁੱਚੇ ਤਰੀਕੇ ਨਾਲ ਤੁਹਾਡੀ ਐਪਲੀਕੇਸ਼ਨ ਕਰੀਏ। ਤੁਹਾਡਾ ਵੀ ਜੇ ਇੰਨੇ ਸਾਲ ਦਾ ਗੈਪ ਆ, 5.5 ਨੇ, 2 ਮੋਡਿਊਲ ਚੋਂ, 3 ਮੋਡਿਊਲ ਚੋਂ, ਡਜ਼ਨਟ ਮੈਟਰ, ਤੁਹਾਡੀ ਐਪਲੀਕੇਸ਼ਨ ਤੁਹਾਡੇ ਸਾਹਮਣੇ ਬੈਠ ਕੇ ਕੀਤੀ ਜਾਊਗੀ। ਟ੍ਰਾਂਸਪੇਰੈਂਸੀ ਨਾਲ ਕੰਮ ਕੀਤਾ ਜਾਊਗਾ, ਜਿਵੇਂ ਅੱਜ ਸਤਪਾਲ ਕੌਰ ਨੇ ਆਪਦਾ ਸਟੱਡੀ ਵੀਜ਼ਾ ਆਫਟਰ 10 ਇਅਰਸ ਆਫ ਗੈਪ ਰਿਸੀਵ ਕੀਤਾ, ਤੁਸੀਂ ਵੀ ਕਰ ਸਕਦੇ ਹੋ। ਸੋ ਅੱਜ ਹੀ ਵਿਜ਼ਿਟ ਕਰੋ ਯੂਐਲਓ ਐਜੂਕੇਸ਼ਨ, ਮੋਗਾ, ਧਰਮਕੋਟ ਤੇ ਜੀਰਾ ਬ੍ਰਾਂਚ।